ਜੋ ਪਿੰਡ ਦੇ ਵਿੱਚ ਇਲੈਕਸ਼ਨ ਹੋਣੀ ਆ ਪੰਚਾਇਤਾਂ ਦੀ, ਦੋ ਟਰਨਾ ਐਸੀ ਭਾਈਚਾਰਾ ਸਰਪੰਚ ਰਹਿ ਚੁੱਕਿਆ, ਜਨਰਲ ਨੂੰ ਚਾਂਸ ਨਹੀਂ ਮਿਲਿਆ ਅਤੇ ਐਤਕੀ ਜਨਰਲ ਦੀ ਸੀਟ ਇਹ ਬਣਦੀ ਸੀਗੀ, ਉਹਨਾਂ ਨੇ ਫੇਰ ਜਰਬ ਕਰ ਦਿੱਤੀ ਪ੍ਰਸ਼ਾਸਨ ਨੇ। ਸਾਡੇ ਸਾਰੇ ਪਿੰਡ ਦਾ ਰੋਸ ਬਹੁਤ ਆ, ਜਦਕਿ ਐਸ ਸੀ ਭਾਈਚਾਰਾ ਅਤੇ ਜਨਰਲ ਭਾਈਚਾਰਾ ਸਾਰੇ ਰਲ ਮਿਲ ਕੇ ਰਹਿਣਾ ਚਾਹੁੰਦੇ ਆ, ਪਰ ਪ੍ਰਸ਼ਾਸਨ ਇਹਨਾਂ ਨੂੰ ਦੋ ਫਾੜ ਕਰਨਾ ਚਾਹੁੰਦਾ। ਸਾਰਿਆਂ ਦੀ ਇਹੋ ਹੀ ਰਜ਼ਾਮੰਦੀ ਹੈ ਵੀ ਸਾਡੇ ਪਿੰਡ ਨੂੰ ਰਿਜ਼ਰਵੇਸ਼ਨ ਕੈਂਸਲ ਕਰਕੇ ਜਨਰਲ ਸੀਟ ਨੂੰ ਦਿੱਤਾ ਜਾਵੇ। ਮੇਰਾ ਨਾਮ ਗੁਰਮਿੰਦਰ ਸਿੰਘ ਹੈ, ਨਿਵਾਸੀ ਪਿੰਡ ਦਿਆਲ, ਜੋ ਕਿ ਨੋਟੀਫਿਕੇਸ਼ਨ ਹੋਇਆ 15 ਮੋਹਰਲੇ ਮੇਰੇ 15 ਤਰੀਕ ਤੋਂ ਪੰਜਾਬ ਦੀ ਇਲੈਕਸ਼ਨ ਹੋਣੀ ਆ। ਉਹਦੇ ਬਾਬਤ ਇੱਦਾਂ ਹੈ ਵੀ ਦੋ ਟਰਮਾਂ ਪਿੱਛੇ ਐਸ ਸੀ ਭਾਈਚਾਰੇ ਦੇ ਸਰਪੰਚ ਰਹਿ ਚੁੱਕੇ ਆ, ਅਤੇ ਜੋ ਰੋਟੇਸ਼ਨ ਦੇ ਮੁਤਾਬਕ ਬਣਦਾ ਸੀਗਾ, ਇਸ ਟਾਈਮ ਜਨਰਲ ਦੀ ਸੀਟ ਚਾਹੀਦੀ ਸੀ ਸਰਪੰਚੀ ਦੀ, ਜਦਕਿ ਉਸ ਨੂੰ ਬਦਲ ਕੇ ਪ੍ਰਸ਼ਾਸਨ ਨੇ ਦੁਬਾਰਾ ਫਿਰ ਐਸ ਸੀ ਭਾਈਚਾਰੇ ਨੂੰ ਦੇ ਦਿੱਤੀ ਆ। ਅਤੇ ਬਾਕੀ ਮੈਂ ਇੱਕ ਗੱਲ ਇਹ ਜ਼ਰੂਰੀ ਕਹਿਣਾ ਚਾਹੁੰਦਾ ਹਾਂ ਵੀ ਚਲੋ ਜੋ ਅਸੀਂ ਗੱਲਬਾਤ ਕਰਦੇ ਐਸ ਸੀ ਭਾਈਚਾਰਾ ਨੂੰ ਕਹਿਣਾ ਪੈਂਦਾ, ਹਾਂ ਸਾਡਾ ਭਾਈਚਾਰਾ ਹੈਗਾ ਆ, ਭਾਈਚਾਰਾ ਰਹਿਣਾ ਆ, ਸਾਡੇ ਐਸ ਸੀ ਭਾਈਚਾਰੇ ਨਾਲ ਸਾਡਾ ਕੋਈ ਮਤਲਬ ਵਿਰੋਧ ਨਹੀਂ ਹੈਗਾ, ਸਾਡਾ ਵਿਰੋਧ ਪ੍ਰਸ਼ਾਸਨ ਨਾਲ ਵਾ ਜਿਹਨੇ ਕਿ ਸਾਡਾ ਹੱਕ ਮਾਰਿਆ ਆ। ਅਤੇ ਅਸੀਂ ਪਹਿਲਾਂ ਵੀ ਇਕੱਠੇ ਸਾਡੇ ਬਜ਼ੁਰਗ ਇਕੱਠੇ ਰਹਿੰਦੇ ਆਏ, ਹੁਣ ਵੀ ਗਾਹਾਂ ਇਕੱਠੇ ਰਹਿਣਾ ਆ। ਸਾਡਾ ਸਿਰਫ ਪ੍ਰਸ਼ਾਸਨ ਨਾਲ ਰੋਸ ਵਾ, ਅਤੇ ਰੋਸ ਹੈਗਾ ਵੀ ਜਾਇਜ਼ ਵਾ, ਕੋਈ ਕੋਈ ਗਲਤ ਨਹੀਂ ਕਰਦੇ, ਕੋਈ ਸਿਫਾਰਸ਼ ਨਹੀਂ ਕਿਸੇ ਪਾਣੀ ਹੈਗੀ। ਅੱਜ ਤਾਂ ਜੋ ਪ੍ਰਸ਼ਾਸਨ ਉੱਥੇ ਬੇਨਤੀ ਕਰਨੀ ਆ ਵੀ ਇਸ ਚੀਜ਼ ਨੂੰ ਜੋ ਰਿਜ਼ਰਵੇਸ਼ਨ ਐਸ ਸੀ ਕੀਤੀ ਆ ਉਹਨੂੰ ਕੱਟ ਕੇ ਜਨਰਲ ਦੀ ਸੀਟ ਕੀਤੀ ਜਾਵੇ, ਅਤੇ ਉਸ ਤੋਂ ਬਾਅਦ ਜੋ ਵੀ ਸਾਡੇ ਲੰਗਰ ਦਾ ਫੈਸਲਾ ਹੋਊਗਾ, ਜੋ ਸਾਰੇ ਸਲਾਹ ਕਰਕੇ ਅਸੀਂ ਮਤਲਬ ਜੋ ਕਾਨੂੰਨੀ ਤੌਰ 'ਤੇ ਜੋ ਲੜਾਈ ਲੜਾਂਗੇ, ਅਤੇ ਇਹ ਤੋਂ ਵੱਧ ਕੁਛ ਨਹੀਂ ਹੈਗਾ। ਅਤੇ ਪ੍ਰਸ਼ਾਸਨ ਨੂੰ ਸਾਡੀ ਸਾਰੇ ਲੰਗਰ ਪੁੱਤ ਇਹੀ ਬੇਨਤੀ ਆ ਵੀ ਇਹ ਜੋ ਕੀਤਾ ਆ ਰਿਜ਼ਰਵ ਕੀਤੀ ਐਸ ਸੀ ਭਾਈਚਾਰੇ ਦੀ, ਉਹਨੂੰ ਕੱਟ ਕੇ ਜਨਰਲ ਦੀ ਕੀਤੀ ਜਾਵੇ। ਮੇਰਾ ਨਾਂ ਜੀ ਸੁਰਿੰਦਰਪਾਲ ਸਿੰਘ, ਪਿੰਡ ਦਦਿਆਲ ਤੋਂ। ਅਸੀਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਬਾਰੇ ਇਕੱਠੇ ਹੋਏ ਹਾਂ। ਪਹਿਲਾਂ ਐਸ ਸੀ ਭਾਈਚਾਰੇ ਦੀ ਦੋ ਵਾਰੀ ਜੈਂਟਸ ਪਹਿਲਾਂ ਰਿਜ਼ਰਵ ਰਿਹਾ ਅਤੇ ਫਿਰ ਲੇਡੀਜ਼ ਰਿਜ਼ਰਵ ਰਹੀ ਆ, ਅਤੇ ਤੀਜੀ ਵਾਰੀ ਹੁਣ ਫਿਰ ਲੇਡੀਜ਼ ਰਿਜ਼ਰਵ ਹੋ ਗਈ ਆ। ਅਤੇ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਪ੍ਰਸ਼ਾਸਨ ਇਹੋ ਜਿਹਾ, ਉਹਨਾਂ ਨੂੰ ਪਤਾ ਕਿਉਂ ਨਹੀਂ ਲੱਗਦਾ ਵੀ ਤੀਜੀ ਵਾਰੀ ਹੁਣ ਦੁਬਾਰਾ ਕਿਵੇਂ ਉਹ ਰਿਜ਼ਰਵ ਹੋ ਗਈ। ਅਤੇ ਸਾਨੂੰ ਰੋਸ ਆ, ਜਨਰਲ ਵਾਲੇ ਪਾਸੇ ਸਾਡਾ ਕੋਈ ਵਿਕਾਸ ਨਹੀਂ ਹੋਇਆ, ਨਾਲੀਆਂ ਕੱਚੀਆਂ, ਗਲੀਆਂ, ਸਾਡੇ ਗੰਦ ਇੰਨਾ ਕਾ ਵੀ ਅਸੀਂ ਕੁਛ ਸਾਨੂੰ ਕਹਿ ਦੱਸ ਨਹੀਂ ਸਕਦੇ। ਅਤੇ ਇਹ ਡਿਊਟੀ ਤਾਂ ਪ੍ਰਸ਼ਾਸਨ ਦੀ ਆ ਨਾ ਵੀ ਉਹ ਦੇਖਣ ਵੀ ਜਨਰਲ ਨੂੰ ਵੀ ਮੌਕਾ ਦਿੱਤਾ ਜਾਵੇ। ਅਤੇ ਵਾਰ ਵਾਰ ਉਹ 5 ਸਾਲ ਫੇਰ ਲੰਘਣਗੇ ਅਤੇ 15 ਸਾਲ ਉੱਧਰ ਚੱਲ ਜਾਊਗੀ, ਅਤੇ ਸਾਡਾ ਇੱਧਰਲਾ ਏਰੀਆ ਕੀ ਕਰੂਗਾ। ਅਤੇ ਇਹ ਪ੍ਰਸ਼ਾਸਨ ਦੀ ਡਿਊਟੀ ਬਣਦੀ ਆ ਵੀ ਤੁਸੀਂ ਆਪਣੇ ਰਿਕਾਰਡ ਦੇ ਵਿੱਚ ਕਿਉਂ ਨਹੀਂ ਰੱਖਦੇ ਵੀ ਉਹ 2 ਵਾਰੀ ਹੋ ਚੁੱਕੇ ਆ। ਅਤੇ ਅਸੀਂ ਰੋਸ ਪ੍ਰਗਟ ਕਰਦੇ ਹਾਂ, ਜੇ ਨਾ ਹੋਇਆ ਤਾਂ ਅਸੀਂ ਸਾਰਾ ਨਗਰ ਇਕੱਠਾ ਹੋ ਕੇ ਅਸੀਂ ਇਲੈਕਸ਼ਨ ਦਾ ਬਾਈਕਾਟ ਕਰਾਂਗੇ। ਜੇ ਮੈਂ ਸੰਜੀਵ ਕੁਮਾਰ ਪਿੰਡ ਦਦਿਆਲ ਤੋਂ, ਅੱਜ ਸਾਡੇ ਇੱਥੇ ਪਿੰਡ ਦਦਿਆਲ 'ਚ ਇਕੱਠੇ ਹੋਣ ਦਾ ਮਕਸਦ ਸਾਰਿਆਂ ਦਾ ਇਹ ਆ ਕਿ ਜੋ ਪੰਚਾਇਤ ਦੀਆਂ ਇਲੈਕਸ਼ਨਾਂ 15 ਅਕਤੂਬਰ ਨੂੰ ਹੋ ਰਹੀਆਂ ਨੇ, ਉਸ ਬਾਰੇ ਅਸੀਂ ਇਕੱਠੇ ਹੋਏ ਹਾਂ ਕਿ ਪਹਿਲਾਂ ਦੋ ਟਰਮ ਜਿਹੜੀਆਂ ਸੀਗੀਆਂ ਉਹ ਐਸ ਸੀ ਭਾਈਚਾਰੇ ਨੂੰ ਰਿਜ਼ਰਵ ਕੀਤਾ ਗਿਆ, ਦਿੱਤੀਆਂ ਗਈਆਂ ਸੀ ਸੀਟਾਂ ਰਿਜ਼ਰਵ ਸੀ। ਪਹਿਲਾਂ ਰਿਜ਼ਰਵ ਐਸ ਸੀ ਰਿਜ਼ਰਵ ਸੀਗੀ, ਫਿਰ ਐਸ ਸੀ ਲੇਡੀ ਰਿਜ਼ਰਵ ਕੀਤੀ ਗਈ, ਅਤੇ ਹੁਣ ਤੀਜੀ ਵਾਰ ਫਿਰ ਪ੍ਰਸ਼ਾਸਨ ਨੇ ਇਹੀ ਸਾਡੇ ਨਾਲ ਧੱਕਾ ਕਰਕੇ ਇਸ ਵਾਰ ਫਿਰ ਐਸ ਸੀ ਭਾਈਚਾਰੇ ਨੂੰ ਲੇਡੀ ਰਿਜ਼ਰਵ ਸੀਟ ਦਿੱਤੀ ਗਈ। ਸਾਨੂੰ ਐਸ ਸੀ ਭਾਈਚਾਰੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ, ਨਾ ਸਾਡਾ ਕੋਈ ਉਹਨਾਂ ਨਾਲ ਬੈਰ ਵਿਰੋਧ ਹੈ ਜਾਂ ਸਾਡੇ ਪਿੰਡ ਦਾ ਕੋਈ ਇੱਦਾਂ ਦਾ ਹੈਗਾ, ਬਹੁਤ ਪਿਆਰ ਨਾਲ ਸਾਡੇ ਇਲੈਕਸ਼ਨ ਹੁੰਦੇ ਰਹੇ ਆ। ਪਰ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਸ਼ਾਸਨ ਇਹ ਕੀ ਚਾਹੁੰਦਾ ਹੈ ਕਿ ਇਸ ਵਾਰ ਜਿਹੜਾ
ਸੀਗਾ ਕਿ ਸੀਟ ਜਿਹੜੀ ਬਣਦੀ ਸੀ ਉਹ ਜਨਰਲ ਦੀ ਬਣਦੀ ਸੀਗੀ ਅਤੇ ਉਸ ਨੂੰ ਹਟਾ ਕੇ ਫਿਰ ਇਹਨਾਂ ਨੇ ਐਸ ਸੀ ਵੁਮੈਨ ਰਿਜ਼ਰਵ ਕਰ ਦਿੱਤੀ ਗਈ ਆ। ਸਾਡਾ ਮਕਸਦ ਸਿਰਫ ਇਹੀ ਆ ਕਿ ਇਸ ਬਾਰੇ ਵਿਚਾਰ ਕੀਤਾ ਜਾਵੇ ਅਤੇ ਇਹ ਜਿਹੜਾ ਰਿਜ਼ਰਵ ਕੀਤੀ ਗਈ ਸੀਟ ਆ ਉਹ ਜਨਰਲ ਦੀ ਬਣਦੀ ਆ, ਕਿਉਂਕਿ ਔਨ ਦੀ ਰਿਕਾਰਡ ਵੀ ਅਗਰ ਦੇਖਿਆ ਜਾਵੇ ਦੋ ਟਰਮ ਤੋਂ ਬਾਅਦ ਸਾਡੀ ਜਨਰਲ ਦੀ ਵਾਰੀ ਆਉਂਦੀ ਆ ਅਤੇ ਇਸ ਹਿਸਾਬ ਨਾਲ ਤਾਂ ਅਸੀਂ 5-10 ਸਾਲ ਹੋਰ ਅੱਗੇ ਸਾਡੀ ਵਾਰੀ ਨਹੀਂ ਆਊਗੀ। ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਰਿਜ਼ਰਵ ਕੀਤੀ ਗਈ ਸੀਟ ਆ ਉਹ ਹਟਾਈ ਜਾਵੇ ਅਤੇ ਜਿਹੜਾ ਜਨਰਲ ਦਾ ਹੱਕ ਬਣਦਾ ਆ ਉਹ ਦਿੱਤਾ ਜਾਵੇ। ਹਾਂ ਠੀਕ ਹੈ, ਸਾਡਾ ਐਸ ਸੀ ਭਾਈਚਾਰਾ ਵੀ ਸਾਡੇ ਨਾਲ ਖੜਦਾ ਆ, ਪਰ ਸਾਡਾ ਵੀ ਇੱਧਰ ਜਨਰਲ ਦਾ ਵੀ ਹੱਕ ਬਣਦਾ ਕਿ ਉਹਨਾਂ ਨੂੰ ਵੀ ਉਹਨਾਂ ਦਾ ਹੱਕ ਦਿੱਤਾ ਜਾਵੇ। ਸੋ ਇਸ ਕਰਕੇ ਅਸੀਂ ਅੱਜ ਸਾਰੇ ਪਿੰਡ ਇੱਥੇ ਇਕੱਠਾ ਹੋਇਆ ਆ ਅਤੇ ਇਹੀ ਸਾਡਾ ਮਸਲਾ ਆ ਅਤੇ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਸ ਸਾਡੀ ਅਪੀਲ 'ਤੇ ਗੌਰ ਕੀਤਾ ਜਾਵੇ ਅਤੇ ਜਿਹੜੀ ਇਹ ਸੀਟ ਰਿਜ਼ਰਵ ਕੀਤੀ ਗਈ ਆ ਉਹਨੂੰ ਇਹ ਭੰਗ ਕਰਕੇ ਅਤੇ ਇਹ ਜਨਰਲ ਨੂੰ ਇਹਦਾ ਹੱਕ ਦਿੱਤਾ ਜਾਵੇ। ਬਹੁਤ ਬਹੁਤ ਧੰਨਵਾਦ।